ਅਸਲਾਮੁਅਲੈਕੁਮ ਰahmatullahi ਵਬਰਕਾਤੁ ਕੀ ਹਾਲੇ ਸਜਣਾ ਦਾ ਬੇਲੀਆਂ ਦਾ ਲੱਗਦੇ ਅਲੀ ਨਾ ਤੂੰ ਸਾਰੇ ਠੀਕ ਹੋ ਰਾਜੀ ਹੋ ਖੁਸ਼ ਹੋ ਮਜ਼ਾਜ ਠੀਕ ਨਾ ਅੱਛਾ ਗੱਲ ਇਹ ਵੇ ਕਿ ਕਹਿੰਦੇ ਨੇ ਕਿ ਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਤੇ ਨੈਗੇਟਿਵਿਟੀ ਬਸ ਨੈਗੇਟਿਵ ਤੇ ਪੋਜ਼ਿਟਿਵ ਇਹ ਜਿਹੜੀਆਂ ਨਾ ਇਹ ਕਿਵੇਂ ਨਾ ਇਹ ਮਿਸਾਲ ਇੱਕ ਮਿਸਾਲ ਤਾਂ ਇੱਕ ਬਣੀ ਨਾ ਫਲਸਫੇਰ ਇਹ ਕਹਿੰਦੇ ਨੇ ਕਿ ਜੀ ਇੱਕ ਬੰਦੇ ਨੇ ਜਿਵੇਂ ਪੈਨਸਲ ਬਣਾਈ ਤੇ ਉਹਨੇ ਪੈਨਸਲ ਬਣਾਈ ਤੇ ਉਹਨੇ ਪੋਜ਼ਿਟਿਵ ਕੰਮ ਕੀਤਾ ਕਿ ਲਿਖਣ ਵਾਲੀ ਕਿਰ ਲਿਖੇ ਲਿਖਿਆ ਜਾਇਦਾ ਤੇ ਦੂਜੇ ਰੇਜ਼ਰ ਬਣਾਇਆ ਤੇ ਉਹਨੇ ਉਹ ਮਟਾਉਣੇ ਦੀ ਕੋਈ ਹੋਰ ਨੈਗੇਟਿਵ ਹੋਈ ਗੱਲ ਕਰਨ ਦਾ ਪੋਜ਼ਿਟਿਵ ਨੈਗੇਟਿਵ ਦਾ ਮਤਲਬ ਇਹ ਵੇ ਕਿ ਅਸਲ 'ਚ ਨਾ ਕੋਈ ਲੋਕ ਜਿਹੜੇ ਨਾ ਨੈਗੇਟਿਵ ਨਹੀਂ ਹੁੰਦੇ ਕੋਈ ਬੰਦਾ ਬੁਰਾ ਨਹੀਂ ਹੁੰਦਾ ਕੋਈ ਬੰਦਾ ਗਲਤ ਨਹੀਂ ਹੁੰਦਾ ਕੋਈ ਬੰਦਾ ਨੈਗੇਟਿਵ ਨਹੀਂ ਹੁੰਦਾ ਮਾਸ਼ਰਾ ਔਰ ਮੌਲ ਨੂੰ ਬਣਾਉਂਦਾ ਮਾਹਰਮ ਔਰ ਮਾਹੌਲ ਬਣਾਉਂਦਾ ਹੈ ਉਹਦੀ ਤਰਬੀਅਤ ਬਣਾਉਂਦੀ ਏ ਕਿਉਂਕਿ ਮਾਂ ਦੀ ਗੋਦ ਵਿੱਚ ਉਸ ਤੋਂ ਬਾਅਦ ਉਹਦਾ ਸਕੂਲ ਵਿੱਚ ਜਾਣਾ ਉਸ ਬਾਅਦ ਉਹਦਾ ਦੋਸਤਾਂ ਚ ird gird ਮਾਹੌਲ ਜਿਹੜਾ ਨੈਗੇਟਿਵ ਬਣਾਉਂਦਾ ਹੈ ਸਾਰੇ ਲੋਕ ਜਿਹੜੇ ਪਤਾ ਸੀਪੜੇ ਅੱਛੇ ਲੋਕ ਹੁੰਦੇ ਨੇ ਔਰ ਉਸ ਤੋਂ ਬਾਅਦ ਉਹਦਾ ਮਾਹੌਲ ਜਿਹੜਾ ਉਹ ਮਾਹੌਲ ਖਰਾਬ ਕਰਦਾ ਹੈ ਮਾਹੌਲ ਦਾ ਕਸੂਰ ਹੈ ਨੰਬਰ 1 ਮਾਹੌਲ ਦਾ ਕਸੂਰ ਹੈ ਤੇ ਦੂਜੀ ਗੱਲ ਇਹ ਕਰਨੀ ਕਿ ਉਹ ਮਾਹੌਲ ਦਾ ਕਸੂਰ ਤੇ ਹੁੰਦਾ ਹੀ ਹੁੰਦਾ ਹੈ ਸ਼ਤਾਨ اور ਜਿਹੜਾ ਨਫਸ ਹੈ ਨਾ ਉਹ ਉਹਨੂੰ ਬੜਾ ਖਰਾਬ ਕਰਦਾ ਜਦੋਂ ਵੱਡਾ ਹੁੰਦਾ ਹੈ ਨਾ ਉਹ ਸ਼ਤਾਨ ਜਿਹੜਾ ਹੈ ਸ਼ਤਾਨ ਕਿ ਕੋਈ ਜਿਹੜਾ ਚੰਗਾਈ ਚੰਗੀ ਅਛਾਹੇ ਦੀ ਤਰਫ ਜਾਵੇ ਨਾ ਤੇ ਸ਼ਤਾਨ ਨੂੰ ਤੇ ਨਹੀਂ ਗੱਲ ਪਸੰਦ ਨਾ ਉਹ ਆਦਾ ਇਹ ਕਿਹੜੇ ਚੱਕਰਾਂ 'ਚ ਪੈ ਗਿਆ ਤੇ ਖਰਾਬੀ ਤਰਫ ਜਾ ਰਿਹਾ ਮਤਲਬ ਮੇਰੇ ਮੁਖਾਲਿਫ ਕਿ ਉਹ ਸ਼ਤਾਨ ਨੇ ਅੱਲਾ ਤਾਲਾ ਕੁਰਾਨ ਪਾਕ 'ਚ ਜ਼ਿਕਰ ਹੈ ਆਰ ਜਕਰ ਜ਼ਿਕਰ ਹੈ ਆਪ ਸਲ ਸਲਮੁ ਨਾ فرمایا ਹੈ ਕਿ ਇਹ ਸ਼ਤਾਨ ਨੇ ਤੇ ਕਰਨਾ ਹੀ ਕਰਨਾ ਹੈ ਕੰਮ ਉਹਦਾ ਕਰਨਾ ਹੈ ਮੁਕਾਬਲਾ ਉਹਦਾ ਮੁਕਾਬਲਾ اور ਨਫਸ ਜਿਹੜਾ ਨਫਸ ਨੂੰ ਮਾਰਨਾ ਪੈਂਦਾ ਨਾ ਜਿਹੜਾ ਨਹੀਂ ਨਫਸ ਇਹ ਤੇ ਅਸੀਂ ਅਮ ਨਫਸ ਨਫਸ ਨੇ ਮਤਲਬ ਜਿਵੇਂ ਇਹ ਕਰਨਾ ਹੈ ਇਹ ਕਰਨਾ ਹੈ ਇੰਜ ਹੋਣਾ ਚਾਹੀਦਾ ਹੈ ਇੰਜ ਹੋਣਾ ਚਾਹੀਦਾ ਹੈ ਇੰਜ ਹੋਣਾ ਚਾਹੀਦਾ ਹੈ ਹਰ ਚੀਜ਼ ਜਿਹੜੀ ਉਹ ਸੋਚਦੇ ਰਹਿਣਾ ਨਾ ਦੂਜੇ ਦੀ ਮਤਲਬ ਮਾਈਨਸ ਕਰਦੇ ਰਹਿਣਾ ਕਿ ਉਹ ਨਹੀਂ ਮਤਲਬ ਉਹ ਫਾਰਕ ਮਤਲਬ ਹਰ ਚੀਜ਼ ਕਬਜ਼ੇ ਕਰਦੇ ਰਹਿਣਾ ਆਪਣੇ ਮਤਲਬ ਜਦਾਦਾਂ ਦੀ ਕਰ ਲਓ ਰਿਸ਼ਤਿਆਂ ਦੀ ਕਰ ਲਓ ਉਸ ਤੋਂ ਬਾਅਦ ਹੋਰ ਕੋਈ ਵੀ ਚੀਜ਼ ਹੋਵੇ ਮਤਲਬ ਕਿ ਉਹ ਉਹ ਇਸ ਤਰ੍ਹਾਂ ਨੈਗੇਟਿਵਿਟੀ ਮਤਲਬ ਨਫਸ ਜਿਹੜਾ ਨਫਸ ਜਿਹੜਾ ਉਹ ਖਰਾਬ ਕਰਦੇ ਹੈ ਔਰ ਨਫਸ ਦੀ وجہ ਤੋਂ ਮਤਲਬ ਇੱਕ ਇਨਸਾਨ ਜਿਹੜਾ ਨਾ ਉਹ ਮਜਬੂਰ ਹੋ ਜਾਂਦਾ ਹੈ ਔਰ ਉਹ ਨੈਗੇਟਿਵ ਮਤਲਬ ਇੱਕ ਮਤਲਬ ਇਹ ਮਾਈਨਸ ਦੀ ਜਿਹੜਾ ਚਲਾ ਜਾਂਦਾ ਹੈ ਔਰ ਮਤਲਬ ਇੱਕ ਲੋਕਾਂ ਨਾਲ ਇਸਰਾਰ ਖਲਾਕ ਉਦਾਸਸ਼ਾਹੀ ਰਹਿੰਦਾ ਸਿਸਟਮ ਨਹੀਂ ਰਹਿੰਦਾ ਇਸ ਤਲਾਵਾ ਨੈਗੇਟਿਵ ਬੰਦੇ ਹੋਰ ਵੀ ਆਣ ਮੈਂ ਵੇਖੇ ਨੇ ਨੈਗੇਟਿਵ ਬੰਦੇ ਵੇਖਣ ਜਿਹੜੇ ਬਹੁਤ بڑے ਨਹੀਂ ਪੜੇ ਲਿਖੇ ਜਿਹੜੇ ਬਹੁਤ بڑے ਦੀਨਦਾਰ ਹਨ ਮੈਂ ਵੇਖਿਆ ਅੱਲਾਹ ਮਾਫ ਕਰੇ ਕਹਿਣਾ ਨਹੀਂ ਚਾਹੀਦਾ ਦੀਨਦਾਰ ਵੀ ਐਸੇ ਵੇਖੇ ਨੇ ਕਿ ਮਤਲਬ ਕਿ ਮਤਲਬ ਕਿ ਮਤਲਬ ਬੜੇ ਪੰਜ ਵਕਤ ਨਮਾਜ਼ ਪੜ੍ਹਦੇ ਲੇਕਿਨ ਨੈਗੇਟਿਵ ਹੋਣਦੇ ਉਹ ਨਮਾਜ਼ ਪੜ੍ਹੋ ਤੇ ਕਰਮ ਵਾਲੇ ਪੋਜ਼ਿਟਿਵ ਹੋ ਜਾਓ ਉਹ ਨਮਾਜ਼ ਪੜ੍ਹ ਕੇ ਵੀ ਨੈਗੇਟਿਵ ਇਹਨੂੰ ਸਮਝ ਨਹੀਂ ਹੁੰਦੀ ਗੁੱਸਾ ਗੁੱਸਾ ਇੱਕੋ ਜਿਹਾ ਔਰ ਨੈਗੇਟਿਵ ਨੂੰ ਕੋਈ ਵੀ ਆ ਰੋਡ ਤੇ ਚੁ ਜਾਓ ਨਾ ਤੇ ਦਾੜੀ ਮਤਲਬ ਕਿ ਸਾਰੇ ਨਹੀਂ ਕਹਦੇ ਵੇ ਅਸ ਮੈਂ ਆਪੇ ਅਲਹਮਦੁਲਿਲਾਹ ਅਲਹਮਦੁਲਿਲਾਹ ਬੜੇ ਲੇਕ ਲੋਕ ਬੜੇ ਚੰਗੇ ਲੋਕ ਨੇ ਮਤਲਬ ਕਿ 95 99% ਲੋਕ ਅੱਛੇ ਹੁੰਦੇ ਨੇ ਕੋਈ ਇੱਕ ਅੱਧੀ ਗੱਲ ਕਰ ਰਿਹਾ ਮੈਂ ਉਹ ਜੀ ਮਤਲਬ ਕਿ ਯਾਰ ਤੁਹਾਡੀ ਤਬਦੀਲੀ ਨਹੀਂ ਆਈ ਤੇ ਤੁਹਾਡੀ ਨਮਾਜ਼ ਕਿਸ ਚੀਜ਼ ਦੀ ਏ ਫਿਰ ਤੁਸੀਂ ਨਮਾਜ਼ ਪੜਦੇ ਹੋ ਤੇ ਮਤਲਬ ਬੁਰਾਈ ਜਰੀਏ ਤੁਹਾਡੀ ਗੁੱਸਾ ਜਾਂ ਸਾਰੀ ਚੀਜ਼ਾਂ ਚੇਂਜ ਨਹੀਂ ਹੋਈਆਂ ਕਿ ਫਿਰ ਕਿਹੜੀ ਨਮਾਜ਼ ਹੈ ਗੱਲ ਸਿਰਫ ਇਹ ਕਿ ਮੰਨਫੀ ਔਰ ਜਿਹੜਾ ਜਿਹੜਾ ਜਮਾ ਵਾਲਾ ਮਾਮਲਾ ਹੈ ਨਾ ਇਹ ਵੇਖ ਕੇ ਤੁਸੀਂ ਪੋਜ਼ਿਟਿਵ ਹੋਦੇ ਆ ਬਲੱਡ ਪ੍ਰੈਸ਼ਰ ਦੇ ਮਰੀਜ਼ ਵੇਖੋ ਔਰ ਵੇ ਸੋਚਦੇ ਰਹੋ ਨੇਗੇਟਿਵ ਘਰ ਬੰਦੇ ਦਵਾਰੇ ਬੁਰਾ ਸੋਚਦੇ ਰਹੋ ਨੇਗੇਟਿਵ ਸੋਚ ਰਹੇ ਨੇ ਪੋਜ਼ਿਟਿਵ ਸੋਚ ਰਹੇ ਨਹੀਂ ਤੇ ਬਲੱਡ ਪ੍ਰੈਸ਼ਰ ਮਰੀਜ਼ ਕਈ شریف ਲੋਕ ਵੀ ਬਲੱਡ ਪ੍ਰੈਸ਼ਰ ਵੀ ਜੰਦਰ ਇੱਕ ਜ਼ਰੂਰੀਤ ਨਹੀਂ ਇਹ ਗੱਲ ਇਹ ਗੱਲ ਅਤਮੀ ਹੈ ਅਤਮੀ ਨਹੀਂ ਗੱਲ ਲੇਕਿਨ ਇਹ ਕਿ ਜ਼ਿਆਦਾ ਚੀਜ਼ਾਂ ਜਿਹੜੀਆਂ ਸਾਡੀ ਨੈਗੇਟਿਵ ਸੋਚ ਨੇ ਵਜ੍ਹਾ ਤੋਂ ਅਸੀਂ ਲੋਕਾਂ ਦੇ ਨੁਕਸਾਨ ਦੇਣ ਦੀ ਵਜ੍ਹਾ ਤੋਂ ਸਾਨੂੰ ਬਹੁਤ ਸਰੀਆਂ ਬਿਮਾਰੀਆਂ ਇਸ ਤਰ੍ਹਾਂ ਪੜਨਦੀਆਂ ਤੈ ਕੋਸ਼ਿਸ਼ ਕਰੋ ਲਿਖੋ ਪੋਜ਼ਿਟਿਵ ਕਰੋ ਪੋਜ਼ਿਟਿਵ ਘਰੋਂ ਨਿਕਲੋ ਘਰ ਦੇ ਅਸਲਾਮ ਕਰੋ ਬਾਹਰ ਨਿਕਲੋ ਲੋਗਨ ਸਲਾਮ ਕਰੋ ਲੋਗਨ ਕੋਈ ਬੰਦਾ ਜਿਵੇਂ ਦਾ ਵੀ ਤੱਕਬਰ ਖਤਮ ਕਰੋ ਜੇ ਸੋ ਤੁਹਾਡੇ ਤੱਕਬਰ ਖਤਮ ਹੋ ਜਾਣਾ ਨਾ ਨੋ ਪ੍ਰੋਬਲਮ ਸਭ ਓਕੇ ਹੋਵੇਗਾ ਤੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਮੇਰੀ ਵੀਡੀਓ ਵੇਖਦੇ ਹੋ ਮੇਰੀ ਵੀਡੀਓ ਨੂੰ ਅੱਗੇ ਮਤਲਬ ਤੁਸੀਂ ਸ਼ੇਅਰ ਕਰਦੇ ਹੋ ਔਰ ਅੱਗੇ ਭੇਜਦੇ ਹੋ ਔਰ ਮੈਨੂੰ ਕਮੈਂਟਸ ਕਰਦੇ ਹੋ ਔਰ ਮਨ ਕਾਲ ਕਰਦੇ ਹੋ ਬਹੁਤ ਸ਼ੁਕਰੀਆ ਪੋਜ਼ਿਟਿਵ ਰਹਿਣਾ ਹੈ ਮੁਹੱਬਤ ਪਿਆਰ ਕਰਨੀ ਹੈ ਦੁਨੀਆ ਤੇ ਮੁਹੱਬਤਾਂ ਕਰਨੀਆਂ ਦੁਨੀਆ ਤੇ ਮੁਹੱਬਤਾਂ ਕਰਾਉਂਦੇ ਤੇ ਆਖਰਤ ਵੀ ਕਾਮਯਾਬੀ ਦੁਨੀਆ ਵੀ ਕਾਮਯਾਬ ਦੁਨੀਆ ਤੁਹਾਡੇ ਕਦਮ ਚੁੰਮੇ ਦੀ ਆਖਰਤ ਵੀ ਇੰਜੀ ਹੋਵੇ ਬੜੀ ਮਿਹਰਬਾਨੀ ਅਸਲਾਮੁਅਲੈਕੁਮ ਵਰਹਮਤੁਲਲਾਹ ਵਬਰਕਾਤੁਹ